बिस्मिल्ला अस्सलाम वालेकुम माय यूट्यूब फैमिली कैसे हैं आप लोग उम्मीद है सब लोग खैरियत सोंगे अलहमद लाला अल्लाह का शुक्र है हम लोग भी बिल्कुल ठीक ठाक हैं तो माशाल्लाह मेरी यही दुआ है कि मेरे देखने वाले बहन भाई जहाँ रहे खुश रहें आबाद रहें आफिया से रहें तो माशाल्लाह देखो जी आज आप बना रहे हैं मिल्क शेक क्योंकि आज बहुत जड़ा ना थक टुट के आए हैं बारहों शॉपिंग करके आए हैं घर का राशन वगैरह लैके आए हैं काफ़ी और दूसरी भी शॉपिंग की थी सी वो भी मैं तेजे न सारी शेयर करनी हाँ ਤੇ ਕਿਉਂਕਿ ਹਜੇ ਮੌਸਮ ਇੰਨਾ ਵੀ ਨਹੀਂ ਚੇਂਜ ਹੋਇਆ ਬਹੁਤੀ ਸੱਦੀ ਵੀ ਨਹੀਂ ਆਈ ਤੇ ਦੁਪਹਿਰ ਦੇ ਟਾਈਮ ਤੇ ਜਦੋਂ ਬੰਦਾ ਬਾਹਰੋਂ ਆਉਂਦਾ ਹੈ ਨਾ ਫਿਰ ਦਿਲ ਕਰਦਾ ਕੋਈ ਠੰਡਾ ਠੰਡਾ ਬੰਦਾ ਕੋਈ ਈਮੀ ਲਕਸ਼ਿਕ ਬਣਾ ਕੇ ਪੀਵੇ ਤੇ ਇਹ ਜਾਪਾਨੀ ਫਾਲੇ ਇਹਦੇ ਬਹੁਤ ਫਾਇਦੇ ਨੇ ਬਹੁਤ ਮਜ਼ੇ ਵਾਲਾ ਇਹਦਾ ਮਿਲਕਸ਼ੇਕ ਬਣਦਾ ਹੈ ਤੇ ਇਹਦਾ ਮੈਂ ਅੱਜ ਜਿਹੜਾ ਨਾ ਹਨ ਕੇ ਬਣਾਣ ਦਾ ਜਿਹੜਾ ਨਾ ਮੌਕਾ ਤੇ ਨਸੀਬ ਮਿਲਿਆ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਬਸ ਪਿਆਸ ਲੱਗੀ ਸੀ ਤੇ ਮੈਂ ਬਣਾ ਕੇ ਤੇ ਫਿਰ ਮੈਨੂੰ ਯਾਦ ਆਇਆ ਕਿ ਚਲੋ ਮੈਂ ਇਹ ਚਾਣਾ ਸ਼ੇਅਰ ਕਰਨੀ ਆ ਦਿਖਾਨੀ ਆ ਤੁਹਾਨੂੰ ਮੈਂ ਕਿ ਇਹਦਾ ਬਹੁਤ ਮਜ਼ੇ ਵਾਲਾ ਮਿਲਕਸ਼ੇਕ ਬਣਦਾ ਹੈ ਵੈਸੇ ਤੇ ਫਲ ਜਿਹੜਾ ਮੇਰਾ ਬਹੁਤ ਫੇਵਰਟ ਹੈ ਮੈਨੂੰ ਬਹੁਤ ਪਸੰਦ ਹੈ ਤੇ ਵੈਸੇ ਤੇ ਅਕਸਰ ਜਿਹੜਾ ਇਹਨਾਂ ਖਾਂਦਿਆਂ ਰਹੀਦਾ ਹੈ ਲੇਕਿਨ ਅੱਜ دل ਕਰਿਆ ਸੀ ਕਿ ਇਹਦਾ ਮਿਲਕਸ਼ੇਕ ਬਣਾ ਕੇ ਪੀਵਾਂ ਉਹ ਬਣਾਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਅੱਜ ਅਸੀਂ ਕਿਹੜੀ ਕਿਹੜੀ ਸ਼ਾਪਿੰਗ ਕਰਕੇ ਆਏ ਆ ਕੀ ਖਰੀਦ ਕੇ ਲੈ ਕੇ ਆਏ ਆ ਅਗਰ ਇਹਦਾ ਤੁਸੀਂ ਮਿਲਕਸ਼ੇਪ ਇਸ ਤਰ੍ਹਾਂ ਯਾਨੀ ਕਿ ਆਧਾ ਕਿਲੋ ਦੁੱਧ ਲਿਆ ਸੀ ਉਹਦੇ ਵਿੱਚ ਮੈਂ ਦੋ ਜਿਹੜੇ ਨਾ ਕੱਟ ਕੇ ਇਹ ਜਪਾਨੀ ਫਲ ਜਿਹੜੇ ਨੇ ਉਹ ਡਾਲੇਸਨੋ ਦਾ ਬਣਾਇਆ ਹੈ ਅਗਰ ਇਹ ਥੋੜੀ ਦੇਰ ਵੀ ਤੁਸੀਂ ਰੱਖ ਲੋਗੇ ਨਾ ਤੇ ਇਹ ਥੋੜਾ ਜਣਾ ਨਾ گاੜਾ ਹੋ ਜੇਗਾ ਜਿਸ ਤਰ੍ਹਾਂ ਯਾਨੀ ਕਿ ਕਸਟਰਡ ਵਗੈਰਾ ਹੁੰਦਾ ਨਾ ਇਸ ਤਰ੍ਹਾਂ ਉਹਦੀ ਸ਼ਕਲ ਚ ਬਣ ਜੇਗਾ ਤੇ ਫਿਰ ਵੀ ਤੁਸੀਂ ਚਮਚ ਲੈ ਕੇ ਉਹਦੇ ਨਾਲ ਮਿਕਸ ਕਰਕੇ ਤੇ ਪੀ ਸਕਦੇ ਹੋ ਨੇ ਤੇ ਫਰੈਸ਼ ਫਰੈਸ਼ ਬਣਾਵੋ ਤੇ ਫਰੈਸ਼ ਪੀਵੋ ਇਹਦਾ ਕਿਉਂਕਿ ਬਹੁਤ ਫਾਇਦੇ ਨੇ ਖਾਸ ਕਰ ਲੇਡੀਜ਼ ਵਾਸਤੇ ਤੇ ਬਹੁਤ ਹੀ ਅੱਛਾ ਹੈ ਤੇ ਪੀ ਕੇ ਉਸ ਤੋਂ ਬਾਅਦ ਜਿਹੜਾ ਨਾ ਕੋਈ ਦਿਲ ਨੂੰ ਸਕੂਨ ਹੋਇਆ ਠੰਡਕ ਪਹੁੰਚੀ ਹੈ ਕਿਉਂਕਿ ਹੁਣ ਤੇ ਬਿਲਕੁਲ ਇਹਦਾ ਸੀਜ਼ਨ ਖਤਮ ਹੋ ਰਿਹਾ ਤੇ ਮੈਂ ਕਿਹਾ ਚਲੋ ਇੱਕ ਵਾਰ ਬਣਾ ਕੇ ਪੀ ਲੈਨੇ ਆ ਅੱਛਾ ਉਸ ਤੋਂ ਬਾਅਦ ਹੁਣ ਅਸੀਂ ਆ ਦੇਖੋ ਜੀ ਅੱਜ ਲੈ ਕੇ ਆਏ ਘਰ ਦਾ ਰਾਸ਼ਨ ਸਾਰੀਆਂ ਚੀਜ਼ਾਂ ਤੇ ਮੈਂ ਦਿਖਾਨੀ ਆ ਬਹੁਤ ਮਹਿੰਗਾਈ ਹੋ ਚੁੱਕੀ ਹੈ ਆ ਦੇਖੋ ਥੋੜੇ ਜਿਹਾ ਅਸੀਂ ਹਾਲਾਕੇ ਖਾਸ-ਖਾਸ ਜਿਹੜੀਆਂ ਨੇ ਚੀਜ਼ਾਂ ਲੈ ਕੇ ਆਏ ਆ ਤੇ ਫੇਰ ਵੀ ਸਾਡਾ ਕਾਫੀ ਯਾਨੀ ਕਿ 9 10 11 ਮਹਜ਼ਨ ਮੇਰੇ ਖਰੇ ਇੱਥੇ ਤੱਕ ਤਕਰੀਬਨ ਆ ਗਏ ਨੇ ਲਿਸਟ ਜਿਹੜੀ ਨਾ ਹੁੰਦੇ ਬੱਚ ਨੂੰ ਗੁੰਮ ਕਰ ਦिती ਹੈ ਤੇ ਇਹਦੇ ਚオイル ਇਹ ਡਾਲਟਾ ghee ਇਹਦੇ ਨਾਲ ਵੈਸੇ ਜਿਹੜਾ ਨਾ ਉਹ ਪਰਾਠੇ ਵਗੈਰਾ ਬਣਾ ਲਈਦੇ ਨੇ ਕਾਫੀ ਸ਼ਾਇਦ ਯਾਨੀ ਕਿ ਹੁਣ ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਤੇ ਫਿਰ ਵੀ ਬੱਚਿਆਂ ਨੂੰ ਕਿਸੇ ਟਾਈਮ ਅਗਰ ਕੋਈ ਜ਼ੁਕਾਮ ਵਗੈਰਾ ਗਲਾ ਖਰਾਬ ਹੋ ਜਾਏ ਤੇ ਫਿਰ ਤੁਸੀਂ ਨੀਮ ਗਰਮ ਦੁੱਧ ਚ ਮਿਲਾ ਕੇ ਦਿਓ ਨਾ ਤੇ ਇਹਦਾ ਬਹੁਤ ਫਾਇਦਾ ਹੈ اچھا ਉਸ ਤੋਂ ਬਾਅਦ ਬੱਚਿਆਂ ਦੇ ਨੂਡਲਸ ਨੇ ਪਾਸਤਾ ਸੁਵਈਆਂ ਸਾਬਣ ਯਾਨੀ ਕਿ ਤਕਰੀਬਨ ਫਿਰ ਜਦੋਂ ਉਜਾਈਦਾ ਕਾਫੀ ਚੀਜ਼ਾਂ ਜਿਹੜੀਆਂ ਨਾ ਜਿੰਨੀਆਂ ਸੋਚ ਕੇ ਜਾਂਦੀਆਂ ਨੇ ਉਸ ਤੋਂ ਜ਼ਿਆਦਾ ਜਿਹੜਾ ਨਾ ਅਜ਼ਾਫੀ ਲੈ ਕੇ ਵਾਪਸੀ ਆਈਦਾ ਹੈ ਕਿ ਉਸੇ ਜਾ ਕੇ ਫਿਰ ਕਈਆਂ ਚੀਜ਼ਾਂ ਦਾ ਜਿਹੜਾ ਨਾ ਯਾਦ ਆ ਜਾਂਦਾ ਹੈ ਤੇ ਇਹ ਦੇਖੋ ਜੀ ਹੁਣ ਮਾਸ਼ਾਅੱਲਾ ਹਰ ਚੀਜ਼ ਲਈ ਹੈ ਚੀਨੀ ਹੈ ਚਾਵਲ ਬਰੀਆਨੀ ਮਸਾਲਾ ਤੇ ਇਹੀ ਸੌਦੇ ਜਿਹੜੇ ਨਾ ਸਾਡੇ ਪਹਿਲਾਂ ਜਿੱਥੇ ਕੋਈ ਯਾਨੀ ਕਿ ਤਕਰੀਬਨ ਕੋਈ 8-9 ਜ਼ਾਦਿਆਂ ਦੇ ਸੀ ਹੁਣ 12-13 ਜ਼ਾਦੇ ਬਹੁਤ ਮਹਿੰਗਾਈ ਹੋ ਗਈ ਹੈ ਦਾਣਾ ਵੈਸੀ ਮੇਰੇ ਜਿਹੜਾ ਨਾ ਬੱਚੇ ਬਹੁਤ ਕਮ ਖਾਂਦੇ ਨੇ ਥੋੜੀਆਂ ਥੋੜੀਆਂ ਮੈ ਲੈਣੀਆਂ ਕਿ ਜਿਹੜੀਆਂ ਸਾਡੀਆਂ इजीली ਫਿਰ ਵੀ ਚਲ ਜਾਂਦੀਆਂ ਨੇ ਇੱਕ ਮਹੀਨਾ ਨਿਕਲ ਜਾਂਦਾ ਹੈ ਸੌਫ ਤੇ ਮਾਸ਼ਾਅੱਲਾ ਐਵੇਂ ਚਨੇ ਸਬਜ਼ ਦੇ ਰੇਟ ਜਿਹੜਾ ਨਾ ਬਹੁਤ ਜ਼ਿਆਦਾ ਹੋ ਚੁੱਕੇ ਨੇ ਤੇ ਫਿਰ ਨਾਲ ਬੱਚਿਆਂ ਦੀਆਂ ਵੀ ਕੁਝ ਚੀਜ਼ਾਂ ਜਿਹੜੀਆਂ ਨਾ ਖਾਣ ਵਾਲੀਆਂ ਉਹ ਵੀ ਲੈਣੀਆਂ ਪੈਂਦੀਆਂ ਨੇ ਖੁਸ਼ਕ ਦਣੀਆਂ ਐ ਇਸ ਮਹਿੰਗਾਈ ਨੇ ਤੇ ਅੱਜਕੱਲ ਜਿਹੜਾ ਨਾ ਯਕੀਨ ਮੰਨੋ ਕਿ ਗਰੀਬ ਲੋਕਾਂ ਦਾ ਜਿਹੜਾ ਨਾ ਖਾਣਾ ਪੀਣਾ ਜੀਣਾ ਜਿਹੜਾ ਨਾ ਬਹੁਤ دشਵਾਰ ਕਰ ਦਿੱਤਾ ਹੈ ਕਿਉਂਕਿ ਗਰੀਬ ਲੋਕ ਵਿਚਾਰੇ ਕੀ ਕਰਨ ਅੱਜ ਕੱਲ੍ਹ ਤੇ ਆਟਾ ਜਿਹੜਾ ਨਾ ਉਹ ਹੀ ਨਹੀਂ ਪੂਰਾ ਹੋ ਰਿਹਾ ਇੰਨਾ ਮਹਿੰਗਾ ਆਟਾ ਆ ਰਿਹਾ ਹੈ ਕਿ ਗੰਧਮ ਗਾਰਾ ਜਿਨ੍ਹਾਂ ਨੇ ਪਹਿਲਾਂ ਲੈ ਲਈ ਸਟਾਕ ਕਰ ਲਈ ਉਹ ਤੇ ਫਾਇਦੇ ਚ ਰਹ ਜਾਂਦੇ ਨੇ ਤੇ ਦੂਸਰੇ ਲੋਕ ਜਿਹੜੇ ਨਾ ਗਰੀਬ ਨੇ ਮਜ਼ਦੂਰ ਲੋਕ ਸਨ ਉਹ ਤੇ ਵਿਚਾਰੇ ਬਸ ਕਿਸ ਤਰ੍ਹਾਂ ਆਪਣੀ ਰੋਟੀ ਪੂਰੀ ਕਰਨ ਤੇ ਇਹ ਜਿਹੜੀਆਂ ਚੀਜ਼ਾਂ ਨੇ ਵੇਖੋ ਟੂਥਪੇਸਟ ਤੇ ਬਰਸ਼ ਬੱਚਿਆਂ ਦੇ ਮਾਚਸਾਂ ਐਵਰੀ ਡੇ ਦੁੱਧ ਸਾਸ਼ੇ ਵੀ ਲੈਣੇ ਕਿ ਕਿਸੇ ਚੀਜ਼ ਵੀ ਇਸਤੇਮਾਲ ਹੋ ਸਕਦੇ ਨੇ ਬ੍ਰਸ਼ ਲੈਣੇ ਬੱਚਿਆਂ ਦੇ ਦੋ ਛੋਟੇ ਬੜੇ ਸੌਫਟ ਤੇ ਬਹੁਤ ਅੱਛੇ ਬਿਲਕੁਲ ਨਾ ਪਤਲੇ ਪਤਲੇ ਨੇ ਤੇ ਬੱਚਿਆਂ ਵਾਸਤੇ ਬਹੁਤ ਜਿਹੜਾ ਨਾ ਅੱਛੇ ਰਹਿ ਜਾਂਦੇ ਨੇ ਔਰ ਲੈਮਨ ਮੈਕਸ ਸਬਨ ਵਗੈਰਾ ਤੇ ਨਹਾਣੇ ਵਾਲਾ ਸਾਬਨ ਯਾਨੀ ਕਿ ਫਿਰ ਜ਼ਰੂਰਤਾਂ ਕਈ ਚੀਜ਼ਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜਾ ਨਾ ਬਹੁਤ ਕਾਫੀ ਜਿਹੜਾ ਨਾ ਪੈਸੇ ਲੱਗ ਜਾਂਦੇ ਨੇ ਸਿਰਫ ਐਕਸਲ ਜਿਹੜੀ ਹੈ ਨਾ ਇਹਦੇ ਵਿੱਚ ਅਤੇ ਦੂਸਰੀ ਵੀ ਮੈਂ ਉਸ ਕਰਕੇ ਲਗਾ ਲਈ ਦੀ ਹੈ ਸਾਇਨ ਲਾਈਟ ਜਾਂ ਬੋਨਸ ਵਗੈਰਾ ਯਾਨੀ ਕਿ ਇੱਕ ਕਰੀਮ ਫੇਸ واਸ਼ ਪੌਂਡਸ ਕਰੀਮ ਜਿਹੜਾ ਨਾ ਬੱਚਿਆਂ ਵਾਸਤੇ ਅਕਸਰ ਤੇ ਮੈਂ ਜ਼ਿਆਦਾ ਫਿਰਨ ਲਵਲੀ ਲੈ ਲਈ ਦੀ ਹੈ ਉਸ ਤੋਂ ਬਾਅਦ ਐ ਪੌਂਡਸ ਲਈ ਹੈ ਮੈਂ ਕਿਹਾ ਵੀ ਯੂਜ਼ ਕਰਕੇ ਦੇਖਣੇ ਆ ਬਹੁਤ ਅੱਛੀ ਲੱਗ ਰਹੀ ਸੀ ਯਾਨੀ ਕਿ ਦਾ ਅੱਛਾ ਰਿਜ਼ਲਟ ਹੈ ਇਹ ਦੇਖੋ ਇਹ ਸੌਦੇ ਨੇ ਤੇ ਯਾਨੀ ਕਿ 9-10 ਹਜ਼ਾਰ ਦੇ ਨਾ ਆਗੇ ਨੇ ਤਕਰੀਬਨ ਥੋੜੀਆਂ ਜਿਹੀਆਂ ਚੀਜ਼ਾਂ ਲੱਗ ਰਹੀਆਂ ਨੇ ਹਜੇ ਦੇਖਣ ਚ ਬਸ ਚੀਜ਼ਾਂ ਥੋੜੀਆਂ ਨੇ ਲੇਕਿਨ ਪੈਸੇ ਜਿਹੜੇ ਨੇ ਬਹੁਤ ਜ਼ਿਆਦਾ ਲੱਗ ਜਾਂਦੇ ਨੇ ਤੇ ਬਸ ਆਏ ਤੇ ਫਿਰ ਰਾਸ਼ਨ ਜਿਹੜਾ ਨੇ ਤੇ ਹਰ ਕਿਸੇ ਨੇ ਖਾਣਾ ਹੀ ਖਾਣਾ ਹੈ ਇਹ ਤੇ ਬਹੁਤ ਜ਼ਰੂਰੀ ਨੇ ਚੀਜ਼ਾਂ ਬਿਲਕੁਲ ਖਾਸ ਖਾਸ ਲਈਆਂ ਨੇ ਕੁਝ ਪਹਿਲਾਂ ਵੀ ਹਜੇ ਕਾਫੀ ਜਿਹੜੀਆਂ ਚੀਜ਼ਾਂ ਜੇ ਪੜੀਆਂ ਸਨ ਇਸ ਵਾਸਤੇ ਜਿਹੜੀਆਂ ਨਾ ਮੀਨੀ ਕੁ ਪੂਰੀਆਂ ਪੂਰੀਆਂ ਹੀ ਲਈਆਂ ਨੇ ਤੇ ਉਸ ਤੋਂ ਬਾਅਦ ਆਣ ਕੇ ਤੇ ਫਿਰ ਖਾਣਾ ਬਣਾਇਆ ਤੇ ਉਹ ਖਿਲਾ ਕੇ ਬੱਚਿਆਂ ਨੂੰ ਤੇ ਮੇਰਾ ਨਾ ਬੱਚਿਆਂ ਨੇ ਇੱਕ ਨੁਕਸਾਨ ਹੋਰ ਵੀ ਬਹੁਤ ਜ਼ਿਆਦਾ ਕੀਤਾ ਸੀ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਕਿ ਛੋਟੇ ਛੋਟੇ ਬੱਚੇ ਨੇ ਅੱਜ ਕੱਲ ਇਹਨਾਂ ਨੇ ਨਾ ਮੋਬਾਈਲ ਤੇ ਅੱਜ ਕੱਲ ਹਰ ਇੱਕ ਬੱਚਾ ਆਂਦਾ ਕਿ ਪਹਿਲਾਂ ਮਾਂ-ਬਾਪ ਨਾ ਦੇਖੇ ਪਹਿਲਾਂ ਸਾਨੂੰ ਦੇ ਦੇਣ ਇਹ ਮੋਬਾਈਲ ਹੈ ਅਜ਼ਾਫੀ ਜਿਹੜੇ ਖਰਚੇ ਨੇ ਹੋਰ ਵੀ ਕਾਫੀ ਨਿਕਲ ਹੁੰਦੇ ਨੇ ਇਹ ਮੋਬਾਈਲ ਹੈ ਨਾ ਬੱਚਾ ਨੇ نیچے ਗਰਾ ਕੇ ਤੋੜ ਦਿੱਤਾ ਸੀ ਤੇ ਇਹਨਾਂ ਥੋੜਾ ਜਨਾ ਇਹਨੂੰ ਸੈੱਟ ਕਰਵਾਇਆ ਤੇ ਉਹਨਾਂ ਨੇ ਟੇਪਾਂ ਲਗਾ ਕੇ ਦਿੱਤੀਆਂ ਨੇ ਇਹਦੀ ਸਕਰੀਨ ਸਾਰੀ ਚੇਂਜ ਕੀਤੀ ਹੈ ਟੇਪਾਂ ਲਗਾ ਕੇ ਉਹਨਾਂ ਨੇ ਕਿਹਾ ਸੀ ਕਿ 2 ਘੰਟੇ ਬਾਅਦ ਜਿਹੜਾ ਨਾ ਇਹਨੂੰ ਖੋਲਣਾ ਹੈ ਤੇ ਅਸੀਂ ਫੇਰ ਵੀ ਤਕਰੀਬਨ ਜਿਹੜਾ ਹੈ ਨਾ ਇਹਨੂੰ 2 ਮੈਂ ਕਹਾਂ ਚਲੋ ਹੁਣ ਦੇਖੀਏ ਤੇ ਸਹੀ ਆਉਣ ਵੀ ਹੁੰਦਾ ਹੈ ਕਿ ਨਹੀਂ ਤੇ ਬੱਚੇ ਨੇ ਬਸ ਉਹ ਫਿਰ ਵੀ ਜ਼ਿੱਦ ਕਰਕੇ ਲੈ ਲੈਂਦੇ ਨੇ ਬੱਚਨ ਹੁਣ ਇਹ ਨੇ ਨਾ ਪਤਾ ਚੱਲਦਾ ਕਿ ਕਿੰਨੀ ਯਾਨੀ ਕਿ ਕੀਮਤੀ ਚੀਜ਼ ਹੈ ਕਿੰਨੀ ਮਹਿੰਗੀ ਹੈ ਉਹ ਤਾਂ ਬਸ ਇਹੀ ਚਾਹੁੰਦੇ ਨੇ ਕਿ ਕਾਮ ਜਿਹੜੀਆਂ ਨਾ ਯੂਜ਼ ਕਰਨ ਵਾਲੀ ਚੀਜ਼ ਹੈ ਨੇ ਨਾ ਪਤਾ ਕਿ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਨੁਕਸਾਨ ਜਿਹੜਾ ਮਾਪੇ ਦਾ ਹੋ ਜਾਂਦਾ ਹੈ ਤੇ ਆ ਕਾਫੀ ਉਹਨਾਂ ਨੇ ਟੇਪ ਲਗਾ ਕੇ ਤੇ ਇਹਨੂੰ ਕਵਰ ਕਰਕੇ ਅੱਛੀ ਤਰ੍ਹਾਂ ਦਿੱਤਾ ਸੀ ਕਿ 2 ਘੰਟੇ ਬਾਅਦ ਤੁਸੀਂ ਨਾ ਖੋਲਣਾ ਹੈ ਤੇ ਫਿਰ ਵੀ ਬੱਚਿਆਂ ਤੋਂ ਛੁਪਾ ਕੇ ਰੱਖ ਦਿੱਤਾ ਸੀ ਮੈਂ ਕਿਹਾ ਚਲੋ ਜਿਹੜਾ ਨਾ ਮਤਲਬ ਖੋਲ ਲਾਂਗੇ ਦੋ ਦਿਨ ਬਾਅਦ ਹੀ ਖੋਲਣ ਦੇ ਆ ਮੈਂ ਖੋਲ ਕੇ ਤੇ ਦੇਖੀਏ ਕੀ ਇਹਦਾ ਰਿਜ਼ਲਟ ਰਹਿ ਗਿਆ ਕਿਸ ਤਰ੍ਹਾਂ ਦਾ ਹੈ ਵਿੱਚ ਆਉਣ ਵੀ ਹੁੰਦਾ ਹੈ ਕਿ ਨਹੀਂ ਤੇ ਬਸ ਅੱਜ ਮੇਰਾ ਬੱਚਿਆਂ ਨੇ ਨਾ ਬਹੁਤ ਜਿਹੜਾ ਨੁਕਸਾਨ ਕਰ ਦਿੱਤਾ ਸੀ ਇਹ ਵੀ ਹੁਣ ਤਕਰੀਬਨ ਜ਼ਾਫੀ ਸਾਨੂੰ ਖਰਚਾ ਪਿਆ ਹੈ 5000 ਰੁਪਇਆ ਜਿਹੜਾ ਨਾ ਇਹਦੇ ਤੇ ਲੱਗਾ ਹੈ ਤੇ ਫੇਰ ਜਾ ਕੇ ਠੀਕ ਹੋਇਆ ਬਸ ਹੁਣ ਬੱਚੇ ਨੇ ਨਾ ਇਹ ਚੀਜ਼ ਸਮਝਦੇ ਤੇ ਹੁਣ ਇਹਨੂੰ ਦੇਖਨੇ ਆ ਹੁਣ ਪਤਾ ਨਹੀਂ ਆਉਣ ਵੀ ਹੁੰਦਾ ਹੈ ਕਿ ਨਹੀਂ ਹੁੰਦਾ ਉਹਨਾਂ ਤੇ ਟੇਪਾਂ ਲਾ ਲਾ ਕਿਸ ਤਰ੍ਹਾਂ ਆਉਂਦੀ ਮਰਮ ਪੱਟੀ ਕੀਤੀ ਹੈ ਚਾਰੋਂ ਤਰਫ ਕਿ ਖੋਲਣ ਤੇ ਵੀ ਕੋਈ ਥੋੜੀ ਜਿਹੜੀ ਹੈ ਨਾ ਦੇਰ ਲੱਗ ਜਾਵੇ ਪਲੀਜ਼ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਔਰ ਨਾਲ ਲੱਗੀ ਬੈਲ ਨੂੰ ਵੀ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਤੁਸੀਂ ਛੋਟੇ ਜਿਹੜੇ ਨੇ ਯੂਟਿਊਬਰ ਉਹਨਾਂ ਦੀ ਵੀ ਸਪੋਰਟ ਕਰਿਆ ਕਰੋ ਕਿਉਂਕਿ ਸਾਨੂੰ ਜਿਹੜਾ ਨੇ ਤੇਰੀ ਸਪੋਰਟ ਦੀ ਬਹੁਤ ਜਿਹੜੀ ਜ਼ਰੂਰਤ ਹੈ ਤੇ ਨਾਲੇ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਸਾਨੂੰ ਕਮੈਂਟ ਬਾਕਸ ਵੀ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿ্যায়ਸੀਆਂ ਲੱਗਦੀਆਂ ਨੇ ਕਿਉਂਕਿ ਫਿਰ ਮਜੀਦ ਚਲੋ ਬੰਦਾ ਅਗੋਂ ਸਰੀਕੇ ਦੀਆਂ ਬਣਾਉਂਦਾ ਹੈ ਤੇ ਇਹ ਦੇਖੋ ਜੀ ਹਜੇ ਤੱਕ ਸਾਡੀਆਂ ਟਿਪਾਂ ਨਹੀਂ ਉਤਰ ਰਹੀਆਂ ਨਹੀਂ ਪਤਾ ਚੱਲ ਰਿਹਾ ਕਿੱਥੇ-ਕਿੱਥੇ ਲੱਗੀਆਂ ਨੇ ਸਾਰੀ ਸਕਰੀਨ ਜਿਹੜਾ ਨਾ ਇਹਨਾਂ ਨੇ ਖਰਾਬ ਕਰ ਦਿੱਤੀ ਹੈ ਤੇ ਹੁਣ ਕੋਸ਼ਿਸ਼ ਤਾਂ ਕਰ ਰਹੇ ਆਂ ਦੇਖੋ ਓਨ ਹੋ ਹੀ ਗਿਆ ਮੇਰੇ ਖਿਆਲ ਫੇਰ ਵੀ ਜਿਹੜਾ ਨਾ ਸਾਰੀ ਸਕਰੀਨ ਜਿਹੜੀ ਹੈ ਨਾ ਇਹਨਾਂ ਨੇ ਬਹੁਤ ਹੀ ਖਰਾਬ ਕਰ ਦਿੱਤੀ ਹੈ ਹੁਣ ਇਹਨਾਂ ਨੂੰ ਅੱਛੀ ਤਰ੍ਹਾਂ ਜਿਹੜਾ ਨਾ ਕਲੀਨ ਕਰਨੇ ਆ ਫੇਰ ਦੇਖਨੇ ਆ ਤਾਂ ਕੀ ਰਿਜ਼ਲਟ ਰਹਿ ਗਿਆ ਬੱਚੇ ਨੇ ਬਸ ਬੱਚੇ ਤੇ ਫਿਰ ਬੱਚੇ ਹੀ ਹੁੰਦੇ ਨੇ ਇਹਨਾਂ ਬਹੁਤ ਨੁਕਸਾਨ ਕਰ ਦਿੰਦੇ ਨੇ ਕਦੀ ਕਦੀ ਕਿਸੇ ਚੀਜ਼ ਦਾ ਨਾ ਉਹਨਾਂ ਦਾ ਕੀ ਕਹਿ ਸਕਦਾ ਹੈ ਤੇ ਐਸੀ ਅੱਜ ਦਾ ਵਲੌਗ ਮੇਰਾ ਛੋਟਾ ਜਿਹਾ ਅਗਰ ਮੇਰੀ ਵੀਡੀਓ ਅੱਛੀ ਲੱਗਦੀ ਹੈ ਤੇ ਇਹਨੂੰ ਜ਼ਰੂਰ ਜਿਹੜਾ ਨਾ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਨੀ ਦੇ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ হাফেজ